ਮੋਗਾ ਕੋਟਕਪੂਰਾ ਰੋਡ ਤੇ ਇੱਕ ਭਿਆਨਕ ਸੜਕ ਹਾਦਸਾ ਹੋ ਗਿਆ। ਇਹ ਹਾਦਸਾ ਮੋਟਰਸਾਈਕਲ ਅਤੇ ਕਾਰ ਦੇ ਵਿਚਕਾਰ ਆਮੋ ਸਾਹਮਣੀ ਟੱਕਰ ਹੋਣ ਦੇ ਕਾਰਨ ਹੋਇਆ ਹੈ, ਜਿਸ ਵਿੱਚ ਇੱਕੋ ਹੀ ਪਰਿਵਾਰ ਦੇ 3 ਮੈਂਬਰਾਂ ਦੀ ਮੌਤ ਹੋ ਗਈ, ਜਦਕਿ ਇੱਕ ਮਹਿਲਾ ਗੰਭੀਰ ਜ਼ਖਮੀ ਹੈ ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਜਦੋਂ ਇਹ ਬਾਘਾ ਪੁਰਾਣਾ ਨਜ਼ਦੀਕ ਇੱਕ ਧਾਰਮਿਕ ਸਥਾਨ ਤੇ ਮੱਥਾ ਟੇਕਣ ਲਈ ਜਾ ਰਹੇ ਸੀ ਤਾਂ ਬਾਘਾ ਪੁਰਾਣਾ ਵੱਲੋਂ ਆ ਰਹੀ ਕਾਰ ਨਾਲ ਉਹਨਾਂ ਦੀ ਟੱਕਰ ਹੋ ਗਈ। ਮੋਟਰਸਾਈਕਲ ਸਵਾਰ 36 ਸਾਲ ਦੇ ਸੁਖਚੈਨ ਸਿੰਘ, ਮਾਤਾ ਬਿੰਦਰ ਕੌਰ ਅਤੇ ਬੱਚੇ ਗੁਰਜਨ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ। ਸਾਨੂੰ 10:15 ਵਜੇ ਸਲਾਹ ਮਿਲੀ ਸੀ 112 ਹੈਲਪਲਾਈਨ ਤੋਂ ਕਿ ਆਪਣਾ ਜਿਹੜਾ ਗ੍ਰਿੱਡ ਆ, ਪਾਵਰ ਗ੍ਰਿੱਡ ਆ, ਉਹਦੇ ਲਾਗੇ ਇੱਕ ਮੋਟਰਸਾਈਕਲ ਦਾ ਔਰ ਇੱਕ ਗੱਡੀ ਦਾ ਜਿਹੜਾ ਐਕਸੀਡੈਂਟ ਹੋ ਗਿਆ ਅਤੇ ਉਹਦੇ ਵਿੱਚ 3 ਜਿਹੜੇ ਸੀ ਮੋਟਰਸਾਈਕਲ ਸਵਾਰ ਸੀ ਉਹਨਾਂ ਦੀ ਡੈਥ ਹੋ ਗਈ, ਜਿਹਦੇ ਵਿੱਚ ਇੱਕ ਲੇਡੀ ਆ, ਇੱਕ ਉਹਨਾਂ ਵਿੱਚ ਬੱਚਾ ਹੈ, ਇੱਕ ਮੋਟਰਸਾਈਕਲ ਚਲਾਉਣ ਵਾਲਾ। ਉਹਨਾਂ ਵਿੱਚ ਇੱਕ ਲੇਡੀ ਜਿਹੜੀ ਸੀ ਉਹ ਇੰਜਰਡ ਸੀ, ਉਹਨੂੰ ਸਭ ਤੋਂ ਪਹਿਲਾਂ ਜਿਹੜਾ ਹੋਸਪਿਟਲ ਭੇਜ ਦਿੱਤਾ ਗਿਆ, ਜਿਹੜੀਆਂ 3 ਡੈਡ ਬੋਡੀਜ਼ ਆ ਉਹਨਾਂ ਨੂੰ ਵੀ ਐਂਬੂਲੈਂਸਾਂ ਵੱਖ ਵੱਖ ਬੁਲਾ ਕੇ ਅਤੇ ਸਿਵਲ ਹੋਸਪਿਟਲ ਭੇਜ ਦਿੱਤਾ। ਹਾਲਾਤ ਕਿਵੇਂ ਜੀ? ਜਿਹੜੀ ਹੋਸਪਿਟਲ ਗਈ ਹੈ ਜ਼ਖਮੀ ਹੈ ਜਿਹੜੀ ਔਰਤ, ਜਿਹੜੀ ਔਰਤ ਜ਼ਖਮੀ ਆ ਉਹਦੇ ਸੱਟ ਕਾਫੀ ਆ ਔਰ ਕੋਸ਼ਿਸ਼ ਕੀਤੀ ਜਾ ਰਹੀ ਆ ਡਾਕਟਰਾਂ ਵੱਲੋਂ ਵੀ ਉਹਨੂੰ ਬਚਾਇਆ ਜਾ। ਐਕਸੀਡੈਂਟ ਕਿਵੇਂ ਹੋਇਆ ਜੀ, ਕੌਣ ਕਿੱਧਰੋਂ ਆ ਰਿਹਾ? ਇਹ ਐਕਸੀਡੈਂਟ ਗੰਗਾਨਗਰ ਸਾਈਡ ਤੋਂ ਆ ਰਹੇ ਨੇ, MH ਗੱਡੀ ਹੈਗੀ ਆ, ਉਹਦਾ ਨੰਬਰ ਹੈਗਾ PV29 AF2625 ਅਤੇ ਸੋਰੀ ਮੋਟਰਸਾਈਕਲ ਦਾ ਨੰਬਰ ਹੈ। ਜਿਹੜੀ ਗੱਡੀ ਆ ਉਹ ਹੈਗੀ ਆ HR26ER63। ਜਿਹੜੀ ਗੱਡੀ ਆ ਇਹ ਗੰਗਾਨਗਰ ਸਾਈਡ ਤੋਂ ਆ ਰਹੀ ਸੀ, ਸਾਹਮਣੇ ਤੋਂ ਇਹ ਓਵਰਟੇਕ ਕਰਦੇ ਪਏ ਸੀ, ਸਾਹਮਣੇ ਤੋਂ ਮੋਟਰਸਾਈਕਲ ਆ ਰਿਹਾ ਸੀ, ਮੋਟਰਸਾਈਕਲ ਦੇ ਉੱਤੇ ਜਿਹੜੇ ਸਵਾਰ ਸੀ ਉਹਨਾਂ ਦੇ ਨਾਲ ਇਹਨਾਂ ਦੀ ਆਹਮੋ ਸਾਹਮਣੇ ਟੱਕਰ ਹੋ ਗਈ ਆ, ਜਿਹਦੇ ਨਾਲ ਮੌਕੇ 'ਤੇ ਹੀ 3 ਜਣੇ ਦੀ। ਸਰ ਮੋਟਰਸਾਈਕਲ 'ਤੇ 4 ਮੋਟਰਸਾਈਕਲ 'ਤੇ ਸੀ ਸਰ ਜੀ? ਇਹ ਹੁਣੇ ਅਜੇ ਪੂਰਾ ਨਹੀਂ ਆਇਆ, ਜਦੋਂ ਵੀ ਆਊਗਾ ਅੱਗੇ ਫਰਦਰ ਇਨਵੈਸਟੀਗੇਸ਼ਨ। ਸਰ ਕੀ ਲੱਗਦਾ ਵੀ ਗੱਡੀ ਓਵਰਟੇਕ ਕਰ ਰਹੀ ਸੀ ਮੋਟਰਸਾਈਕਲ ਓਵਰਟੇਕ ਕਰ ਰਹੇ? ਕੁਛ ਨਹੀਂ ਅਜੇ ਕਿਹਾ ਜਾ ਸਕਦਾ ਜੀ, ਇਹਦੇ ਬਾਰੇ ਜੋ ਵੀ ਅੱਗੇ ਹਾਲਾਤ ਹੋਣਗੇ ਲਾਗੇ ਬੰਨੇ ਸਾਰੇ ਬਿਆਨ ਲਿਖਾਂਗੇ, ਫਿਰ ਉਸ ਤੋਂ ਬਾਅਦ ਪਤਾ ਲੱਗੂਗਾ ਵੀ ਇਹ ਕੀ ਵਾਕਿਆ ਕੀ ਹੈ। ਸਰ ਕਾਰ ਵਾਲੇ ਦੀ ਹਾਲਤ ਕਿੱਦਾਂ ਜੀ? ਕਾਰ ਹਾਲਤ, ਕਿਉਂਕਿ ਉਹਦੇ ਕਾਰ ਡਰਾਈਵਰ ਜਿਹੜਾ ਸੀ ਉਹਦੀ ਜਿਹੜੇ ਬੈਗ ਸੀ ਉਹ ਖੁੱਲ੍ਹ ਗਏ ਸੀ, ਜਿਹਦੇ ਕਰਕੇ ਉਹ ਠੀਕ ਠਾਕ ਖਾ। ਸਾਨੂੰ ਜੀ ਐਮਰਜੈਂਸੀ ਕਾਲ ਆਈ ਸਮਾਜ ਸੇਵਾ ਸੋਸਾਇਟੀ ਨੂੰ ਜੀ, ਠੀਕ ਆ ਕਿ ਮੋਗਾ ਬਾਘਾ ਪੁਰਾਣਾ ਰੋਡ 'ਤੇ ਐਕਸੀਡੈਂਟ ਹੋਇਆ ਜ਼ਬਰਦਸਤ। ਆ ਕੇ ਵੇਖਿਆ ਜੀ ਉੱਧਰੋਂ ਗੱਡੀ ਆ ਰਹੀ ਸੀ ਬਾਘਾ ਪੁਰਾਣੇ ਸਾਈਡ ਤੋਂ, ਇੱਧਰ ਮੋਟਰਸਾਈਕਲ ਜਾ ਰਿਹਾ ਸੀਗਾ ਜੀ, ਆਪਸ ਵਿੱਚ ਇਹਨਾਂ ਦੀ ਟੱਕਰ ਬਹੁਤ ਜ਼ਬਰਦਸਤ ਹੋਈ। ਇੱਕ ਲੇਡੀ ਸੀਗੇ, ਇੱਕ ਬੱਚਾ ਸੀ, ਇੱਕ ਮੁੰਡਾ ਸੀਗਾ ਜੀ, ਤਿੰਨਾਂ ਦੀ ਡੈਥ ਹੋ ਗਈ ਮੌਕੇ 'ਤੇ, ਇੱਕ ਮਤਲਬ ਬਚ ਗਿਆ ਜੀ, ਉਹਨੂੰ ਲੈ ਕੇ ਗਏ। ਗੱਡੀ ਸਵਾਰਾਂ ਦੀ ਕਿਸ ਤਰ੍ਹਾਂ ਹਾਲਤ? ਗੱਡੀ ਸਵਾਰ ਬਹੁਤ ਠੀਕ ਆ ਜੀ, ਗੰਭੀਰ ਆ, ਬਟ ਬੱਚੇ ਦਾ ਕੁਝ ਪਤਾ ਲੱਗਿਆ? ਕਿਹੜੇ ਪਿੰਡ ਦੇ ਰਹਿਣ ਵਾਲੇ ਜੀ? ਸਰ ਇਹ ਗੱਡੀ ਵਾਲੇ ਤਾਂ ਇੱਧਰਲੇ ਦੱਸ ਰਹੇ ਹਰਿਆਣਾ ਸਾਈਡ ਦੇ, ਪਰ ਜਿਹੜੇ ਮੋਟਰਸਾਈਕਲ ਵਾਲਾ ਉਹ ਕੋਈ ਕੁਛ ਕਹਿ ਰਿਹਾ, ਸਮਥਿੰਗ ਰੌਲੀ ਜਾਂ ਰੌਲੀ ਦਾਤਾ ਦੇ ਵਿੱਚ ਆਈ ਕੁਛ। ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ TV ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ 'ਤੇ ਕਲਿੱਕ ਕਰੋ।